ਇਹੋ ਜਿਹੀਆਂ ਕਈ ਖਬਰਾਂ ਸੁਣਨ ਨੂੰ ਮਿਲ ਚੁੱਕੀਆਂ ਨੇ ਕਿ ਵਿਆਹ ਕੀਤੇ ਜਾਣ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਆਪਣੇ ਖਰਚੇ 'ਤੇ ਕੈਨੇਡਾ ਭੇਜਿਆ ਗਿਆ ਅਤੇ ਕੈਨੇਡਾ ਜਾ ਕੇ ਲੜਕੀ ਨੇ ਲੜਕੇ ਨੂੰ ਬਲੌਕ ਕਰਤਾ। ਇਹੋ ਜਿਹੇ ਬਹੁਤ ਮਾਮਲੇ ਸਾਹਮਣੇ ਆਏ ਅਤੇ ਇਸ ਭੈਣ ਨੇ ਵੀ ਦੱਸਿਆ ਕਿ ਜਦੋਂ ਉਹ ਕੈਨੇਡਾ ਗਈ ਤਾਂ ਉਸ ਨਾਲ ਕਈ ਨਵੇਂ ਵਿਆਹ ਵਾਲੀਆਂ ਕੁੜੀਆਂ ਸੀ ਜੋ ਇਕੱਲੀਆਂ ਕੈਨੇਡਾ ਜਾ ਰਹੀਆਂ ਸੀ, ਤਾਂ ਇਸ ਦੌਰਾਨ ਉਹਨਾਂ ਲੜਕੀਆਂ ਦੀ ਕੀ ਸੋਚ ਸੀ ਪਤੀ ਦੇ ਬਾਰੇ ਕਿ ਉਸ ਨੂੰ ਕੈਨੇਡਾ ਬੁਲਾਉਣਾ ਜਾਂ ਨਹੀਂ, ਨਜ਼ਰ ਮਾਰਦੇ ਹਾਂ ਇਸ ਵੀਡੀਓ 'ਤੇ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਆਪਣੇ ਨਾ ਪੰਜਾਬ ਦੇ ਵਿੱਚ ਇੱਕ ਮੁੱਦਾ ਅਕਸਰ ਹੀ ਭਖਿਆ ਰਹਿੰਦਾ ਵੀ ਭਾਈ ਕੁੜੀ ਦੇ ਬੈਂਡ ਆਏ ਹੋਏ ਸੀ, ਮੁੰਡੇ ਵਾਲੇ ਨੇ ਪੈਸੇ ਲਾਤੇ ਅਤੇ ਕੁੜੀ ਦੇ ਗਈ ਧੋਖਾ। ਠੀਕ ਹੈ, ਚਲੋ ਠੀਕ ਆ, ਦੇ ਜਾਂਦੀਆਂ ਨੇ। ਮੈਂ ਖੁਦ ਆਈ ਹਾਂ ਕੈਨੇਡਾ ਅਤੇ ਮੇਰੀ ਫਲਾਈਟ ਸੀਗੀ ਲੰਡਨ ਤੋਂ ਵੈਨਕੂਵਰ ਦੀ। ਮੈਨੂੰ ਕਾਫੀ ਕੁੜੀਆਂ ਟੱਕਰੀਆਂ ਜਿਨ੍ਹਾਂ ਨੇ ਮੇਰੇ ਨਾਲ ਵੈਨਕੂਵਰ ਤੱਕ ਆਉਣਾ ਸੀ। ਉਸ ਤੋਂ ਅੱਗੇ ਕਿਸੇ ਨੇ ਵਿਕਟੋਰੀਆ ਜਾਣਾ ਸੀ, ਹੈ ਨਾ, ਕਿਸੇ ਨੇ ਵਿਸਲਰ, ਕਿਸੇ ਨੇ ਸਰੀ, ਕਿਸੇ ਨੇ ਗੈਲਗਰੀ ਜਾਣਾ ਸੀਗਾ। ਅਤੇ ਉਹਨਾਂ 'ਚੋਂ ਮਤਲਬ ਕਿ 80% ਕੁੜੀਆਂ ਸੀਗੀਆਂ ਜਿਹੜੀਆਂ ਮੈਰਿਡ ਸੀਗੀਆਂ, 12-13 ਕੁ ਕੁੜੀਆਂ 'ਚੋਂ 7-8 ਕੁ ਕੁੜੀਆਂ ਮੈਰਿਡ ਸੀਗੀਆਂ, ਵਿਆਹੀਆਂ ਹੋਈਆਂ ਸੀ। ਕਾਫੀ ਰੋ ਰਹੀਆਂ ਸੀ, ਹੈ ਨਾ, ਜਦੋਂ ਵੀ ਉੱਥੇ ਵਾਈਫਾਈ 'ਤੇ ਕਨੈਕਟ ਹੋ ਜਾਂਦਾ ਸੀ ਫੋਨ, ਉਹ ਆਪਣੇ ਹਸਬੈਂਡ ਨਾਲ ਗੱਲ ਕਰਦੀਆਂ ਸੀਗੀਆਂ ਅਤੇ ਗੱਲ ਕਰਦੀਆਂ ਸੀ ਵੀ ਹਾਂ ਠੀਕ ਠਾਕ ਆ। ਉਹਨਾਂ ਨੂੰ ਵੀ ਵਿਚਾਰਿਆਂ ਨੂੰ ਬਹੁਤ ਫਿਕਰ ਸੀਗਾ ਵੀ, ਹੈ ਨਾ, ਇਹ ਸਹੀ ਸਲਾਮਤ ਪਹੁੰਚ ਜਾਣ। ਅਤੇ ਹੋਇਆ ਕੀ, ਹੈ ਨਾ, ਮੈਂ ਉਹਨਾਂ ਨੂੰ ਪੁੱਛਿਆ ਵੀ ਰੋ ਕਾਹਤੋਂ ਰਹੀ ਹੋ, ਕਹਿੰਦੀਆਂ ਵੀ, ਹੈ ਨਾ, ਸਾਡਾ ਜੀ ਨਹੀਂ ਲੱਗਦਾ ਵੀ ਘਰ ਪਰਿਵਾਰ ਛੱਡ ਕੇ ਆਇਆ ਸੀ। ਮੈਂ ਕਿਹਾ ਚੱਲ ਕੋਈ ਨਾ, ਕਹਿੰਦੀ ਵੀ ਤੂੰ ਵੀ ਰੋਣੀ ਆ। ਮੈਂ ਕਿਹਾ ਹਾਂ, ਰੋਣ ਤਾਂ ਨਿਕਲਦੀ ਹੈ, ਮੈਂ ਕਿਹਾ ਫਿਲਹਾਲ ਦਿਮਾਗ 'ਤੇ ਟੈਨਸ਼ਨ ਬਹੁਤ ਹੈਗੀ, ਹੈ ਨਾ, ਵੀ ਚਲੋ ਆਪਾਂ ਇੱਕ ਵਾਰ ਪਹੁੰਚ ਜਾਈਏ। ਅਤੇ ਚੂੜੇ ਪਾਏ ਹੋਏ ਸੀ ਕੁੜੀਆਂ ਦੇ, ਮੇਰੀਆਂ ਫਰੈਂਡ ਨੇ ਯਾਰ ਉਹ, ਉਹਨਾਂ 'ਚੋਂ ਇੱਕ ਨੇ ਵੀ ਨਾ ਕਿਹਾ ਨਹੀਂ ਹੈਗਾ ਕਿ ਵੀ ਅਸੀਂ ਆਪਣੇ ਘਰ ਨੂੰ ਛੱਡ ਦਾਂਗੇ, ਅਸੀਂ ਐਂ ਕਰ ਲਵਾਂਗੇ, ਹੈ ਨਾ। ਸਾਰੀਆਂ ਕਹਿ ਰਹੀਆਂ ਸੀ ਵੀ ਛੇਤੀ ਛੇਤੀ ਅਸੀਂ ਆਪਣੇ ਹਸਬੈਂਡ ਨੂੰ ਬੁਲਾਉਣਾ ਗਾ ਵੀ ਜਿੰਨਾ ਛੇਤੀ ਹੋ ਸਕੇ, ਹੈ ਨਾ। ਵਿਚਾਰੀਆਂ ਹੁਣ ਵੀ ਉਹ ਪੇਪਰ ਵਗੈਰਾ ਦੀ ਤਿਆਰੀ ਦੇਖਦੀਆਂ ਨੇ ਵੀ, ਹੈ ਨਾ, ਪੇਪਰ ਵਗੈਰਾ ਕਿੱਦਾਂ ਤਿਆਰ ਕਰਨੇ ਨੇ, ਮੈਨੂੰ ਪੁੱਛਦੀਆਂ ਰਹਿੰਦੀਆਂ ਵੀ ਤੇਰਾ ਹੋ ਗਿਆ। ਮੈਂ ਕਿਹਾ ਨਾ ਬਈ, ਆਪਣੀ ਤਾਂ ਹਜੇ ਕੋਈ ਵਾਇਤਾ ਹੀ ਹੈ ਨਹੀਂ ਗੀ। ਅਤੇ ਉਦੋਂ ਬਾਅਦ, ਹੈ ਨਾ, ਸਾਰੀਆਂ ਨਾ ਕੁੜੀਆਂ ਕੈਨੇਡਾ ਵਾਲੀਆਂ ਮਾੜੀਆਂ ਨਹੀਂ ਹੁੰਦੀਆਂ। ਮੈਂ ਇਹ ਚੀਜ਼ ਕਹਿਣੀ ਸੀਗੀ, ਉਹਨਾਂ ਦੇ ਵਿੱਚੋਂ ਇੱਕ ਨੇ ਨਹੀਂ ਕਿਹਾ ਕਿ ਮੈਂ ਹਸਬੈਂਡ ਨੂੰ ਛੱਡੂ। ਕਈ ਵਾਰ ਨਾ ਸਾਰੇ ਮੁੰਡੇ ਵੀ ਚੰਗੇ ਨਹੀਂ ਹੁੰਦੇ, ਇਹ ਗੱਲ ਨਾ ਮੈਂ ਇੱਕ ਕਲੀਅਰ ਕਰ ਦੇਣੀ ਆ। ਉਹਨਾਂ ਦੇ ਵਿੱਚੋਂ ਤਾਂ ਕੋਈ ਵੀ ਕੁੜੀ ਮਾੜੀ ਹੈ ਨਹੀਂ ਸੀਗੀ, ਬਾਕੀ ਚਲੋ ਬਈ ਰੱਬ ਨੂੰ ਪਤਾ, ਹੈ ਨਾ। ਪਰ ਸਾਰੀਆਂ ਕੁੜੀਆਂ ਨੂੰ ਨਾ ਇੱਕ ਕੈਨੇਡਾ ਨੂੰ ਬਦਨਾਮ ਨਾ ਕਰਿਆ ਕਰੋ, ਇੱਕ ਵਿਚਾਰੀਆਂ ਕੁੜੀਆਂ ਨੂੰ, ਹੈ ਨਾ, ਜੀ ਉਹਨਾਂ ਦਾ ਵੀ ਨਹੀਂ ਲੱਗਦਾ ਹੈਗਾ। ਸਿਰਫ ਕੁੜੀਆਂ ਹੀ ਨਹੀਂ, ਇਸ ਤੋਂ ਪਹਿਲਾਂ ਇਹੋ ਜਿਹੇ ਮੁੰਡਿਆਂ ਦੀ ਵੀ ਵੱਡੀ ਗਿਣਤੀ ਸੀ ਜੋ ਪੰਜਾਬ ਆ ਕੇ ਵਿਆਹ ਕਰਵਾ ਕੇ ਚਲੇ ਜਾਂਦੇ ਸੀ ਅਤੇ ਉਹਨਾਂ ਦੀਆਂ ਪਤਨੀਆਂ ਦੀ ਇੱਥੇ ਸਾਰੀ ਉਮਰ ਉਹਨਾਂ ਦਾ ਇੰਤਜ਼ਾਰ ਕਰਦਿਆਂ ਨਿਕਲ ਗਈ। ਅਤੇ ਇਹੋ ਜਿਹੇ ਵੀ ਬਹੁਤ ਨੇ ਜੋ ਆਪਣੇ ਜੀਵਨ ਸਾਥੀ ਨੂੰ ਨਾਲ ਲੈ ਗਏ, ਅਤੇ ਫਿਰ ਉਹ ਚਾਹੇ ਕੁੜੀਆਂ ਸੀ ਜਾਂ ਮੁੰਡੇ, ਸਾਰੀਆਂ ਉਂਗਲ ਬਰਾਬਰ ਨਹੀਂ ਹੁੰਦੀਆਂ। ਬਾਕੀ ਕਮੈਂਟਸ ਰਾਹੀਂ ਤੁਸੀਂ ਆਪਣੀ ਸੋਚ ਸਾਂਝੀ ਕਰ ਸਕਦੇ ਹੋ ਇਸ ਬਾਰੇ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।